ਦੇ ਸਰਹੱਦੀ ਖੇਤਰ ਦੇ ਵਿੱਚ ਲਗਾਤਾਰ ਸ਼ੱਕੀਆਂ ਦੀ ਹਰਕਤ ਸਾਹਮਣੇ ਆ ਰਹੀ ਹੈ। ਦੋ ਦਿਨ ਪਹਿਲਾਂ 28 ਅਗਸਤ ਨੂੰ ਪਿੰਡ ਛੋਟੀਆਂ ਦੇ ਵਿੱਚ 3 ਸ਼ੱਕੀ ਵਿਅਕਤੀਆਂ ਨੂੰ ਦੇਖਣ ਤੋਂ ਬਾਅਦ ਹੁਣ ਬੀਤੀ ਰਾਤ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੇ ਪਿੰਡ ਚਕਰਾਲ ਦੇ ਵਿੱਚ 4 ਸ਼ੱਕੀ ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਦੇਖਿਆ। ਸਰਹੱਦੀ ਖੇਤਰ ਦੇ ਵਿੱਚ ਇਸ ਪਿੰਡ ਤੋਂ ਥੋੜੀ ਦੂਰੀ ਤੇ ਜੰਮੂ ਕਸ਼ਮੀਰ ਦੀ ਸਰਹੱਦ ਵੀ ਪੈਂਦੀ ਹੈ, ਜਿਸ ਦੀ ਸੂਚਨਾ ਪੰਜਾਬ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ BSF ਦੇ ਜਵਾਨਾਂ ਦੇ ਵੱਲੋਂ ਸਾਂਝੇ ਤੌਰ ਤੇ ਸਰਚ ਅਭਿਆਨ ਚਲਾਇਆ ਜਾ ਰਿਹਾ, ਜਿਸ ਦੇ ਵਿੱਚ ਖੰਡਰ ਇਮਾਰਤਾਂ ਅਤੇ ਗੁੱਜਰਾਂ ਦੇ ਢੇਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਵਿਅਕਤੀ ਜਲਦ ਤੋਂ ਜਲਦ ਫੜਿਆ ਜਾ ਸਕੇ। ਪਠਾਨਕੋਟ ਤੋਂ ਲਗਾਤਾਰ ਸ਼ੱਕੀ ਵਿਅਕਤੀ ਦੇਖੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ। ਬੀਤੀ 28 ਅਗਸਤ ਨੂੰ ਪਿੰਡ ਛੋੜੀਆਂ ਦੀ ਇੱਕ ਔਰਤ ਵੱਲੋਂ ਵਰਿੱਧ ਔਰਤ ਵੱਲੋਂ 3 ਸ਼ੱਕੀ ਵਿਅਕਤੀ ਦੇਖੇ ਗਏ ਸੀ, ਜਿਸ ਤੋਂ ਬਾਅਦ ਪੁਲਿਸ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤੇ ਸੀ ਤੇ ਬੀਤੀ ਰਾਤ ਫਿਰ ਤੋਂ 4 ਸ਼ੱਕੀ ਵਿਅਕਤੀ ਪਿੰਡ ਚਕਰਾਜਾ ਦੇ ਵਾਸੀਆਂ ਵੱਲੋਂ ਦੇਖੇ ਗਏ। ਪੁਲਿਸ ਨੂੰ ਸੂਚਨਾ ਦਿੱਤੀ ਗਈ, ਪੁਲਿਸ ਤੇ ਸੁਰੱਖਿਆ ਏਜੰਸੀਆਂ ਹਾਈ ਅਲਰਟ ਤੇ ਨੇ, ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤੇ ਗਏ ਨੇ। ਇਲਾਕਾ ਇਸ ਕਰਕੇ ਸੰਵੇਦਨਸ਼ੀਲ ਹੈ ਕਿਉਂਕਿ JNK ਦਾ ਬਾਰਡਰ ਲੱਗਦਾ ਹੈ, ਪਾਕਿਸਤਾਨ ਦਾ ਬਾਰਡਰ ਹੈ, ਬਿਲਕੁਲ ਨਾਲ ਪਾਕਿਸਤਾਨ ਤੋਂ ਬਾਰਡਰ ਟੱਪ ਕੇ ਘੁਸਪੈਠ ਦੀਆਂ ਖਬਰਾਂ ਆਮ ਤੌਰ ਤੇ ਸਾਹਮਣੇ ਆਉਂਦੀਆਂ। ਇੱਕ ਹੋਰ ਖਾਸ ਗੱਲ ਇਹ ਹੈ ਕਿ ਮਿਲਟਰੀ ਏਰੀਆ ਪਠਾਨਕੋਟ, ਆਰਮੀ ਏਰੀਆ, 2016 ਵਿੱਚ ਏਅਰਬੇਸ 'ਤੇ ਅਟੈਕ ਵੀ ਹੋਇਆ ਸੀ। ਪਠਾਨਕੋਟ ਏਅਰਬੇਸ ਵਿੱਚ 6 ਅੱਤਵਾਦੀ ਫੌਜੀ ਵਰਦੀਆਂ 'ਚ ਵੜ ਗਏ ਸੀ, ਜਿਨ੍ਹਾਂ ਨੇ ਅਟੈਕ ਕੀਤਾ ਸੀ। ਇਸ ਲਈ ਪੁਲਿਸ ਨੂੰ ਹਰ ਛੋਟੀ ਛੋਟੀ ਇਨਪੁਟ ਨੂੰ ਬੜੀ ਸੀਰੀਅਸਲੀ ਲੈਣਾ ਪੈਂਦਾ ਹੈ ਅਤੇ ਲਗਾਤਾਰ ਉਹਦੇ 'ਤੇ ਗਹਿਰਾਈ ਨਾਲ ਜਾਂਚ ਕਰਨੀ ਪੈਂਦੀ ਹੈ। ਹੁਣ ਤਾਜ਼ਾ ਹਾਲਾਤ ਇਹ ਨੇ ਕਿ ਗੁਜਰਾਂ ਦੇ ਡੇਰੇ ਖੰਗਾਲੇ ਜਾ ਰਹੇ ਹੈ, ਸੁਨਸਾਨ ਇਲਾਕਿਆਂ ਵਿੱਚ ਵੀਰਾਨ ਜੋ ਇਮਾਰਤਾਂ ਖੰਡਰ ਹੋ ਚੁੱਕੀਆਂ ਇਮਾਰਤਾਂ, ਉਹਨਾਂ ਨੂੰ ਖੰਗਾਲਿਆ ਜਾ ਰਿਹਾ ਔਰ ਲਗਾਤਾਰ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤੇ ਗਏ ਨੇ। ਕੀ ਸਾਹਮਣੇ ਆਉਂਦਾ ਹੈ ਇਹ ਤਾਂ ਕੁਛ ਸਮੇਂ ਬਾਅਦ ਹੀ ਪਤਾ ਲੱਗੇਗਾ, ਲੇਕਿਨ ਪੁਲਿਸ ਨੂੰ ਪੂਰੀ ਭਜੜਾ ਪਈਆਂ ਹੋਈਆਂ ਔਰ ਲਗਾਤਾਰ ਸਰਚ ਆਪਰੇਸ਼ਨ ਜਾਰੀ ਹੈ। ਪਠਾਨਕੋਟ ਤੋਂ ਕੈਮਰਾਮੈਨ ਜੋਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ, ਇੰਡੀਆ ਨਿਊਜ਼। ਮਾਨਯੋਗ SSP ਸਾਹਿਬ ਆਦਰ ਪਠਾਨਕੋਟ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿੱਥੇ ਵੀ ਕਿਤੇ ਕੋਈ ਸ਼ੱਕੀ ਮੂਵਮੈਂਟ ਲੱਭਦੀ ਹੈ ਉੱਥੇ ਸਾਡੇ ਸਰਚ ਅਭਿਆਨ ਚੱਲ ਰਹੇ ਨੇ ਔਰ ਇਹ ਸਰਚ ਅਭਿਆਨ ਦੀ ਪੂਰੀ ਜਿਹੜੀ ਹੈ ਨਜ਼ਰਸ਼ਾਨੀ ਜਿਹੜੇ ਆਪਣੇ SSP ਸਾਹਿਬ ਕਰ ਰਹੇ ਨੇ। ਜਿਹੜੀ ਹੈ ਪਿੰਡ ਚਕਰਾਲ 'ਚ ਸਰਚ ਚੱਲ ਰਹੀ ਹੈ ਸਾਡੀ, ਸਾਡੇ ਨਾਲ ਆਪਣੇ BSF ਡੋਗਸ ਔਰ ਆਰਮੀ ਕਰਨ ਨਾਲ ਹੈ, ਬਾਕੀ ਜਿਹੜੇ ਵੀ ਤੱਥ ਸਾਹਮਣੇ ਆਉਣਗੇ।